ਲੁਧਿਆਣਾ ਦੇ ਅਗਰ ਨਗਰ ਏ ਬਲਾਕ ਵਿੱਚ ਸਥਿਤ ਟੈਗੋਰ ਪਬਲਿਕ ਸਕੂਲ ਦੀ ਮੈਨੇਜਮੈਂਟ ਵੱਲੋਂ 25 ਅਗਸਤ ਤੋਂ ਲੈ ਕੇ 27 ਅਗਸਤ ਤੱਕ ਆਰਐਸਐਸ ਤੇ ਸੀਵਰ ਲਈ ਸਕੂਲ ਬੰਦ ਰੱਖਣ ਦੇ ਰੋਸ ਵਜੋਂ ਅਗਰ ਨਗਰ ਸੁਸਾਇਟੀ ਦੇ ਮੈਂਬਰ ਸੜਕਾਂ ਤੇ ਉਤਰ ਆਏ ਨੇ ਤੇ ਸਕੂਲ ਦੇ ਬਾਹਰ ਮੈਨੇਜਮੈਂਟ ਦੇ ਇਸ ਫੈਸਲੇ ਪ੍ਰਤੀ ਸ਼ਾਂਤੀਪ੍ਰਿਯ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਜੀ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਸਾਡਾ ਹੈਗਾ ਸਕੂਲ ਜਾਂ ਅਗਰ ਨਗਰ ਸੁਸਾਇਟੀ, ਅਸੀਂ ਕੋਈ ਪੋਲੀਟੀਕਲ ਸਾਡਾ ਕੋਈ ਫੰਕਸ਼ਨ ਨਹੀਂ ਹੈ, ਨਾ ਕੋਈ ਪੋਲੀਟੀਕਲ ਅਸੀਂ ਕਿਸੇ ਪਾਰਟੀ ਦੇ ਖਿਲਾਫ ਹਾਂ। ਅੱਜ ਅਸੀਂ ਇਸ ਕਰਕੇ ਇਹ ਰੋਸ ਧਰਨਾ ਸ਼ਾਂਤਮਈ ਦਿੱਤਾ ਹੈਗਾ ਕਿ ਜਿਹੜੀ ਆਰਐਸਐਸ ਦੇ ਸਾਡੇ ਇੱਥੇ 5 ਚਾਰ ਕੁ ਦੋਸਤ ਹੈਗੇ ਆ, ਉਹ ਸਕੂਲ ਨੂੰ 25, 26 ਔਰ 27 ਤਿੰਨ ਦਿਨ ਲਈ ਆਰਐਸਐਸ ਦਾ ਸ਼ਿਵਰ ਲਾਉਣ ਜਾ ਰਹੇ ਨੇ। 300 ਦੋਸਤ ਦੇ ਕਰੀਬ ਬਾਹਰੋਂ ਆ ਰਹੇ ਆ ਔਰ ਕਰੀਬ 200-250 ਲੋਕ ਉਹਨਾਂ ਨੂੰ ਇੱਥੇ ਮਿਲਣ ਵਾਸਤੇ ਆਉਣਗੇ, ਜਿਹੜਾ ਕਿ 500 ਬੰਦਿਆਂ ਦਾ ਖਾਣਾ ਵੀ ਇੱਥੇ ਹੀ ਬਣੂਗਾ, ਵਾਸ਼ਰੂਮ ਵੀ ਇਹੀ ਯੂਜ਼ ਕਰਨਗੇ ਔਰ ਸਾਡਾ ਸਾਰਾ ਸਟਾਫ ਇਹਨਾਂ ਨੇ ਕੰਮ 'ਤੇ ਲਾਇਆ ਹੋਇਆ, ਬਿਜਲੀ ਵੀ ਸਾਡੀ ਫੁੱਕ ਰਹੀ ਆ। ਔਰ ਦੇਖੋ ਬੱਚਿਆਂ ਨੂੰ ਸ਼ੁੱਕਰਵਾਰ ਔਰ ਸ਼ਨੀਵਾਰ 3 ਦਿਨ ਦੀ ਇਹਨਾਂ ਨੇ ਛੁੱਟੀ ਕਰਤੀ, 2 ਦਿਨ ਦੀ, ਔਰ ਸੰਡੇ ਨੂੰ ਜਦੋਂ ਉਹ ਸ਼ਾਮ ਨੂੰ ਆਪਣਾ ਫੰਕਸ਼ਨ ਓਵਰ ਕਰਕੇ ਜਾਣਗੇ, ਮੰਡੇ ਟਿਊਜ਼ਡੇ 2 ਦਿਨ ਘੱਟ ਤੋਂ ਘੱਟ ਇਹ ਸਕੂਲ ਨੂੰ ਜਿਹੜਾ ਵਰਕਿੰਗ ਦੇ ਵਿੱਚ ਆਉਣ ਨੂੰ ਲੱਗਣਗੇ, ਜਿਹੜਾ ਕਿ ਨਹੀਂ ਚਾਹੀਦਾ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਆ। ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਵੀ ਇੱਥੇ ਤੁਰੰਤ ਰੋਕ ਲਾਈ ਜਾਵੇ 25, 26, 27 ਨੂੰ, ਵਰਨਾ ਅਸੀਂ 25, 26, 27 ਨੂੰ ਇਸੇ ਜਗ੍ਹਾ ਦੇ ਉੱਤੇ 100 ਬੰਦੇ ਨਾਲ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਕਾਲੀਆਂ ਪੱਟੀਆਂ ਬੰਨ ਕੇ ਅਸੀਂ ਧਰਨਾ ਦੇਵਾਂਗੇ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬਾਬੀ ਕਾਠੀਆ ਦੀ ਰਿਪੋਰਟ, ਚੈਨਲ 2।